ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਬਹੁਤ ਮੁਬਾਰਕ ਆ ਸਾਰੇ ਜੰਮੂ ਵਾਲਿਆਂ ਜੀ ਧੁੱਪ ਨਿਕਲ ਗਈ ਹੈ ਜੇ ਜਿਹੜੀ ਪਿਛਲੇ ਦੋ ਹਫ਼ਤੇ ਧੁੱਪ ਨਹੀਂ ਸੀ ਸਾਰੇ ਧੁੱਪ ਧੁੱਪ ਕਰਦੇ ਸਨ ਅਤੇ ਹੁਣ ਜਿਹੜੇ ਧੁੱਪ ਪੈ ਗਈ ਨਾ ਹੁਣ ਗਰਮੀ ਵੀ ਬੜੀ ਆਉਣੀ ਹੈ ਚਲੋ ਜੀ ਥੈਂਕ ਯੂ ਸਾਰਿਆਂ ਦਾ ਮੇਰਾ ਚੈਨਲ ਸਬਸਕ੍ਰਾਈਬ ਅਤੇ ਲਾਈਕ ਕਰਨਾ ਸਹੀ ਇੱਦਾਂ ਹੀ ਸ਼ੇਅਰ ਕਰੋ ਵੈਲਕਮ ਸਾਰਿਆਂ ਦਾ ਮੇਰੇ ਨਵੇਂ ਵਲੌਗ 'ਤੇ ਅੱਜ ਆਪਾਂ ਜਾ ਰਹੇ ਹਾਂ ਲੰਚ 'ਤੇ ਆਪਾਂ ਉਹੀ ਤੁਹਾਨੂੰ ਦੱਸਾਂਗੇ ਮੇਰੇ ਕਜ਼ਨ ਬ੍ਰਦਰ ਨੇ ਸਾਨੂੰ ਬੁਲਾਇਆ ਅੱਜ ਲੰਚ 'ਤੇ ਆਪਾਂ ਕਿਤੇ ਜਾ ਰਹੇ ਹਾਂ ਕੋਈ 11 ਸਪਾਈਸੀਸ ਹੈ ਕੋਈ ਹੁਣ ਜਾ ਕੇ ਪਤਾ ਲੱਗਾ ਕਿੰਨੀਆਂ ਸਪਾਈਸੀ ਨੇ ਉਹਦੇ 11 ਆਣ ਕੇ 10 ਆਣ ਕੇ 12 ਆਣ ਲੇਕਿਨ ਹੈ 11 ਸਪਾਈਸੀਸ ਹੈ ਉੱਥੇ ਹੀ ਜਾ ਰਹੇ ਹਾਂ ਉਹੀ ਤੁਹਾਨੂੰ ਸਾਰਾ ਦੱਸਾਂਗੇ ਮੈਂ ਫੂਡ ਵਲੌਗਿੰਗ ਤਾਂ ਨਹੀਂ ਕਰਦਾ ਲੇਕਿਨ ਤੁਹਾਨੂੰ ਫੂਡ ਬਾਰੇ ਦੱਸਾਂਗੇ ਹੈ ਕੀ ਹੈ ਸਵਾਦ ਵੀ ਹੈ ਕਿ ਨਹੀਂ ਉਹ ਆਪਾਂ ਤੁਹਾਨੂੰ ਸਾਰੇ ਦੱਸਾਂਗੇ ਮੈਂ ਆਪਣੀ ਸਿਸਟਰ ਨਾਲ ਅਤੇ ਮੇਰੀ ਉਹ ਪਿੱਛੇ ਬੈਠੀ ਸੀ ਕਿ ਤੂੰ ਕੀ ਲੱਗੀ ਮੇਰੀ ਪੰਜੀ ਤੁਹਾਨੂੰ ਪਤਾ ਨਹੀਂ ਹੋਣਾ ਅਤੇ ਵਾਈਫ ਮੇਰੀ ਇਨਲਾਸ ਦੇ ਘਰ ਸੀ ਉੱਧਰੋਂ ਆ ਰਹੀ ਹੈ ਬੱਚੇ ਨਾਲ ਉਹ ਸਾਨੂੰ ਇੱਥੇ ਗੋਲ ਮਾਰਕੀਟ ਹੀ ਮਿਲੇਗੀ ਅਤੇ ਆਪਾਂ ਉੱਧਰੋਂ ਇਕੱਠੇ ਜਾਵਾਂਗੇ ਫਿਰ ਸਾਰੇ ਅਲੱਗ ਅਲੱਗ ਆ ਰਹੇ ਹਨ ਮੈਂ ਉੱਧਰੋਂ ਜਾ ਰਿਹਾ ਮੇਰਾ ਬ੍ਰਦਰ ਵੱਲ ਮੇਰੇ ਤੋਂ ਬਾਅਦ ਆ ਰਿਹਾ ਡੈਡੀ ਮੰਮੀ ਡੈਡੀ ਕਿਤੇ ਹੋਰ ਗਏ ਸਨ ਵਾਈਫ ਕਿਧਰ ਹੋਰ ਹੈ ਚਾਰ ਕੋਨਿਆਂ 'ਚੋਂ ਸਾਰੇ ਇਕੱਠੇ ਅਸੀਂ ਗੋਲ ਮਾਰਕੀਟ ਹੋਵਾਂਗੇ ਅਤੇ ਚਲੋ ਜੀ ਚੱਲਦੇ ਹਾਂ ਉੱਥੇ ਗੋਲ ਮਾਰਕੀਟ ਜਾ ਕੇ ਪਹਿਲੇ ਗੱਡੀ ਉੱਥੇ ਪਾਰਕ ਕਰਾਂਗੇ ਪਹਿਲਵਾਨ ਸ਼ਾਪ ਦੇ ਕੋਲ ਅਤੇ ਫਿਰ ਆਪਾਂ ਉੱਥੋਂ ਵਾਕ ਕਰਦੇ ਜਾਵਾਂਗੇ ਚਲੀਏ ਫਿਰ ਚਲੋ ਜੀ ਹੁਣੇ ਕੀਤੀ ਹੈ ਜੀ ਗੱਡੀ ਪਾਰਕ ਆਪਾਂ ਜਾ ਰਹੇ ਹਾਂ ਹੁਣ 11 ਸਪਾਈਸੀਸ ਆ ਗਿਆ ਜੀ ਪੁੱਜ ਗਿਆ ਮੇਰੀ ਵਾਈਫ ਦੇ ਬੱਚੇ ਆ ਗਏ ਨਾ ਓਏ ਤੁਸੀਂ ਕਿੱਧਰ ਸੋ ਯਾਰ ਪਾਪਾ ਦੇ ਬਿਨਾਂ ਕਿਤੇ ਘੁੰਮਦੇ ਰਹਿੰਦੇ ਤੁਸੀਂ ਹੈਂ ਚਲੋ ਮੈਡਮ ਜੀ ਜਾ ਰਿਹਾ ਅੰਦਰ ਜੀ ਮਦਰ ਅਤੇ ਸਿਸਟਰ ਚਲਾ ਗਏ ਉਹਨਾਂ ਨੂੰ ਫਰੂਟ ਮਿਠਾਈ ਡੱਬਾ ਉਹਨਾਂ ਨੂੰ ਫੜਾਇਆ ਤਾ ਕਿਸੇ ਘਰ 'ਚ ਤਾਂ ਪਤਾ ਕੋਈ ਨਾ ਕੋਈ ਲੈ ਕੇ ਜਾਣਾ ਪੈਂਦਾ ਹੁਣ ਮੈਂ ਕਿਹਾ ਰੈਸਟੋਰੈਂਟ ਅੱਗੇ ਚੁੱਕੇ ਜਾਈਏ ਅਸੀਂ ਮਾਂ ਨੂੰ ਦੇ ਤਾ ਮੈਂ ਕਿਹਾ ਤੁਸੀਂ ਸੰਭਾਲੋ ਸਾਰਾ ਕੰਮ ਇਹ ਵਾਲਾ ਆ ਮੇਰਾ ਪੁੱਤਰ ਇਹਨੂੰ ਦੇਖੀ ਅੰਦਰ ਪੜਦੇ ਹੀ ਆ ਇੱਧਰ ਬਰਗਰ ਕਿੰਗ ਹੈ ਇਹਨੂੰ ਭੁੱਖ ਲੱਗੀ ਮੇਰੀ ਪੁੱਤਰੀ ਨੂੰ ਬਰਗਰ ਕਿੰਗ ਨਹੀਂ ਜਾਣਾ ਸੀ ਕਿਤੇ ਹੋਰ ਜਾਣਾ ਠੀਕ ਹੈ ਚੱਲ ਅੰਦਰ ਆ ਜਾ ਹੋ ਗਈ ਜੀ ਸਾਡੀ ਐਂਟਰੀ ਆਪਾਂ ਦੇਖਦੇ ਹਾਂ ਬੈਠਣਾ ਕਿੱਥੇ ਆਹ ਦੇਖੋ ਜੀ ਭਰਾ ਸਾਡੇ ਨੇ ਤੁਹਾਨੂੰ ਬੁਲਾਇਆ ਅੱਜ ਚਲੋ ਦੇਖੋ ਜੀ ਸਾਰੇ ਆਪਾਂ ਬਹਿ ਗਏ ਹਾਂ ਅਤੇ ਸਾਰੇ ਅਲੱਗ ਅਲੱਗ ਰੋਡਾਂ ਤੋਂ ਆ ਰਹੇ ਅਤੇ ਇਸ ਕਰਕੇ ਅਜੇ ਵੀ ਮੇਰਾ ਬ੍ਰਦਰ ਨਹੀਂ ਪੁੱਜਿਆ ਉਹ ਵੀ ਆ ਰਿਹਾ ਰੈਸਟੋਰੈਂਟ ਦਾ ਅੰਦਰ ਇੰਟੀਰੀਅਰ ਬੜਾ ਵਧੀਆ ਜੀ ਦੇਖੋ ਮੈਂ ਫਸਟ ਟਾਈਮ ਆਇਆ ਸਰਵਿਸ ਕੈਸੀ ਹੈ ਬਹੁਤ ਹੀ ਮਤਲਬ ਆਇਆ ਫੂਡ ਕੈਸਾ ਲੇਕਿਨ ਇੰਟੀਰੀਅਰ ਸੈਟਿੰਗ ਅੱਛੀ ਹੈ ਜੀ ਸਾਰੇ ਆ ਗਏ ਆਪਾਂ ਬਹਿ ਗਏ ਹਾਂ ਬਸ ਮਿਲਣ ਹੋ ਰਿਹਾ ਫੂਡ ਹੋ ਗਿਆ ਜੀ ਸਰ ਫਸਟ ਆਈਟਮ ਖਾਧੀ ਹੈ ਜੀ ਕੌਰਨ ਵਧੀਆ ਸਨ ਬਹੁਤ ਬਹੁਤ ਵਧੀਆ ਚਿਕਨ ਕਬਾਬ ਮੇਰਾ ਪੁੱਤਰ ਕੀ ਖਾ ਰਿਹਾ ਤਾਬੂ ਚਿੱਕੂ ਖਾ ਰਹੇ ਹੋ ਯਮੀ ਹੈ ਤਾਬੂ ਯਮੀ ਹੈ ਨਹੀਂ ਬਹੁਤ ਬਿਜ਼ੀ ਹੈ ਜੀ ਕੋਈ ਟਾਈਮ ਨਹੀਂ ਗੱਲ ਕਰਨ ਦਾ ਹੈ ਤਾਬੂ ਨਹੀਂ ਨਹੀਂ ਸ਼ੇਰ ਸਾਡੇ ਲੱਗੇ ਜਾਣ ਖਾਣ ਵਾਸਤੇ ਹਾਂ ਬਾਈ ਕੀ ਖਾ ਰਹੇ ਹੋ ਕੌਣ ਸੀ ਚੀਜ਼ ਸਭ ਬੈਸਟ ਲੱਗੀ ਤੇਰੇ ਕੋ ਹਾਂ ਬਤਾ ਦੇ ਇਹ ਕਿਆ ਚਿਲੀ ਚਿਕਨ ਰਿਆਸ਼ ਗੁੱਡ ਬੱਚਾ ਪਾਟੀ ਗੁੱਡ ਹੈ ਕੋਈ ਦੱਸ ਦੇ ਯਾਰ ਕਿਹੜੀ ਫੇਵਰੇਟ ਆ ਤੁਹਾਡੀ ਇਹਦੇ 'ਚ ਕਿਹੜੀ ਚੀਜ਼ ਤੁਸੀਂ ਤੁਹਾਨੂੰ ਠੀਕ ਲੱਗੀ ਸਾਰੇ ਫਿਸ਼ ਤੇ ਦੀਵਾਣੇ ਨੇ ਸਾਰੇ ਠੀਕ ਹੈ ਜੀ ਅਸੀਂ ਫੂਡ ਵਲੌਗਿੰਗ ਤਾਂ ਨਹੀਂ ਕਰ ਰਹੇ ਲੇਕਿਨ ਮੈਂ ਕਿਹਾ ਚਲੋ ਬੱਚੇ ਨੂੰ ਰਿਵਿਊ ਲੈ ਕੇ ਦੇਖੀਏ ਜਿਹੜਾ ਫੂਡ ਆਇਆ ਵਧੀਆ ਆਦੇ ਵਧੀਆ ਜੀ ਚਲੋ ਹੁਣ ਆਪਾਂ ਵੀ ਖਾਈਏ ਜਾ ਕੇ ਬੈਕ ਟੂ ਟੇਬਲ ਚਲੀਏ
ਕਹਿੰਦਾ ਆਹੋ ਪਾਪਾ ਦਾ ਫੋਨ ਆਇਆ ਸੀ ਫੋਨ ਕਰ ਲੋ ਬੜਾ ਬੁਰਾ ਹਾਲ ਆ ਜੀ ਇਹ ਫੋਨਾਂ ਨੇ ਸਭ ਕੁਝ ਬਰਬਾਦ ਕਰ ਦਿੱਤਾ ਇਹ ਦੇਖੋ ਜੀ ਇੱਕ ਬੱਚਾ ਮੇਰਾ ਮੰਗ ਰਿਹਾ ਫੋਨ ਦੂਆ ਕਹਿੰਦਾ ਨਹੀਂ ਜੀ ਸਾਡੀ ਆਈਸ ਕਰਾਸ ਨਹੀਂ ਲੈਂਦੇ ਦੇਖਿਆ ਠੀਕ ਹੈ ਨਾ ਫੋਨ ਹੀ ਲੈਣਾ ਨਾ ਦੇਖਿਆ ਨਾ ਇਹ ਕੋਈ ਇਹਨੂੰ ਵੀ ਸਮਝਾਓ ਥੋੜ੍ਹਾ ਜਿਹਾ ਇਹ ਜਿਹੜਾ ਪਿਆਰ ਦੱਸ ਰਹੀ ਹੈ ਅਸੀਂ ਫੋਨ ਕਰਕੇ ਦੱਸ ਰਹੀ ਹੈ ਫੋਨ ਤੋਂ ਬਿਨਾਂ ਪਿਆਰ ਦੱਸਿਆ ਕਰੋ ਮੇਰਾ ਪੁੱਤਰ ਦੇਖੋ ਜੀ ਸਾਡੇ ਹੋ ਗਏ ਸਨੈਕਸ ਡਨ ਆਪਾਂ ਲਾਂਗੇ ਮਾੜੀ ਬ੍ਰੇਕ ਤੇ ਭਰਾ ਸਾਡਾ ਜਿਹਨੂੰ ਸਾਨੂੰ ਬੁਲਾਇਆ ਸੀ ਤੇ ਉਹ ਦੇਖਿਓ ਸਾਡੇ ਸਨੈਕਸ ਸਾਡੇ ਸਨੈਕਸ ਬਾਅਦ ਆ ਰਿਹਾ ਕਿਧਰ ਗਿਆ ਆਹ ਦੇਖੋ ਜੀ ਹੈਲੋ ਸਤਿ ਸ਼੍ਰੀ ਅਸੀਂ ਮਿਲ ਗਏ ਆਈਏ ਅਪਣਾ ਖਾ ਲਿਆ ਫੂਡ ਸਾਡੀ ਪਲੇਟ ਥੋੜੀ ਜੀ ਭਰੀ ਸੀ ਮੈਂ ਆਪਣੀ ਪਲੇਟ ਦੀ ਕੇ ਬਣਾਉਣੀ ਆ ਇਹ ਭਰਾ ਸਾਡਾ ਖਾ ਰਿਹਾ ਤੁਹਾਨੂੰ ਫੂਡ ਦੱਸ ਦਿੰਦੇ ਆ ਫੂਡ ਤਾਂ ਬਹੁਤ ਟੇਸਟੀ ਹੈ ਆ ਗਿਆ ਜੀ ਆਪਣਾ ਨਾਨ ਵੈਜ ਬਹੁਤ ਵਧੀਆ ਆਈਟਮ ਹੈ ਬਾਕੀ ਸਭ ਠੀਕ ਸੀ ਫੂਡ ਬਹੁਤ ਵਧੀਆ ਸੀ ਸਭ ਤੋਂ ਵਧੀਆ ਆਈਟਮ ਸੀ ਖਾਣ ਲੱਗੀ ਜੀ ਕੌਨ ਵੈਜ ਮੈਂ ਇੱਕੋ ਆਈਟਮ ਖਾਧੀ ਹੈ ਏ ਕਲਾਸ ਬਾਕੀ ਚੀਜ਼ ਵਧੀਆ ਨਾ ਲੇਕਿਨ ਕੌਨ ਜੁੜਾ ਕੇ ਖਾਏ ਉੱਥੇ ਇੱਕ ਫਰਾਈਡ ਕੌਨ ਹੈ ਕੇਨ ਫਰਾਈਡ ਕੌਨ ਕ੍ਰਿਸਪੀ ਫਰਾਈਡ ਕੌਨ ਅੱਛਾ ਲੱਗੇ ਲਵ ਕੌਣ ਹੈ ਲਵ ਕੌਣ ਹੈ ਪਾਪੀ ਤੈਨੂੰ ਪਤਾ ਕੌਣ ਹੈ ਦੱਸ ਪਹਿਲ ਦੱਸ ਕੌਣ ਹੈ ਇਹਨੂੰ ਮੂਹੇ ਪਤਾ ਜੀ ਸਾਊ ਜੀ ਜੀ ਮੇਰੀ ਬੱਚੀ ਆ ਗਈ ਹੈ ਕੀ ਹੈ ਕਪਕੇਕ ਹੈ ਕੀ ਹੈ ਬ੍ਰਾਊਨੀ ਹੈ ਬ੍ਰਾਊਨੀ ਮੇਰਾ ਪੁੱਤਰ ਚੋ ਦੇਨੇ ਹੈ ਡੋਨਟ ਟੱਚ ਇਟ ਡੋਨਟ ਟੱਚ ਇਟ ਓਕੇ ਓਕੇ ਅੱਛਾ ਪਾਟੀ ਹਾਂਜੀ ਆਪ ਖਾਣੇ ਖਾ ਰਹੇ ਨਹੀਂ ਨਹੀਂ ਚਲੋ ਬਾਅਦ ਮੇਂ ਸੋਚੀ ਬਾਅਦ ਮੇਂ ਖਾਂਗੇ ਸੋਚੀ ਓਕੇ ਇਹ ਦੇਖੋ ਜੀ ਚਾਈਨੀਜ਼ ਚੱਲ ਰਿਹਾ ਹੈ ਚਾਈਨੀਜ਼ ਹੈ ਹਾਂ ਓਕੇ ਯੂ ਵਾਂਟ ਟੂ ਰੀਡ ਵਿਦ ਮੀ ਚਲੋ ਆ ਜਾਓ ਲੰਚ ਹੋ ਗਿਆ ਜੀ ਸਟਾਰਟ ਇਹ ਦੇਖੋ ਸ਼ਾਰਟ ਮੈਂ ਕੀਤਾ ਸੀ ਤੇ ਬੱਚੀ ਮੇਰੀ ਪਹਿਲੇ ਮੂੰਹ ਖੋਲ ਲੈਂਦੀ ਹੈ ਬੱਚੇ ਰੋਟੀ ਆਪ ਖਾਣੀ ਪੈਂਦੀ ਹੈ ਜੀ ਉਧਰ ਮੋੜੀ ਫੜਾ ਕਿੱਥੋਂ ਦੇ ਪਾਸੇ ਇਹ ਦੇਖੋ ਜੀ ਕੁੜੀਆਂ ਆਪ ਕਿਨੇ ਮਹਿਣਾ ਖਾਂਦੀਆਂ ਨੇ ਸਾਨੂੰ ਬੱਚੇ ਸਾਡੇ ਵਾਲੇ ਬੱਚੇ ਕਰ ਦੂ ਚਲੋ ਜੀ ਕੋਈ ਗੱਲ ਨਹੀਂ ਮਿੱਠਾ ਟਾਈਮ ਆ ਗਿਆ ਖਾਣਾ ਹੋ ਗਿਆ ਸਵੀਟਿਸ਼ ਟਾਈਮ ਹੈ ਠੀਕ ਹੈ ਚਲੋ ਜੀ ਆਪਾਂ ਹੋ ਗਿਆ ਡਨ ਚਲੀਏ ਉੱਚੇ ਹੁਣ ਖਾਣਾ ਪੀਣਾ ਡਨ ਹੋ ਗਿਆ ਨਾ ਯੈਸ ਹਾਂਜੀ 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 ਬਹੁਤ ਵਧੀਆ ਸੀ ਜੀ ਬਹੁਤ ਅੱਛਾ ਫੂਡ ਸੀ ਸਾਨੂੰ ਤਾਂ ਚੰਗਾ ਲੱਗਿਆ ਬਾਕੀ ਮੈਨੂੰ ਪਤਾ ਨਹੀਂ ਅੱਛਾ ਫੂਡ ਸੀ ਅੱਛੀ ਸਰਵਿਸ ਸੀ ਅਤੇ ਲੋਕੇਸ਼ਨ ਗੋਲ ਮਾਰਕੀਟ ਹੈ ਜਿਹੜੀ ਗੋਲ ਮਾਰਕੀਟ ਟੂਅਰ ਨਾਨਕਗੜ੍ਹ ਰੋਡ ਜਾਂਦੀ ਹੈ ਉਸ ਸਾਈਡ ਆ ਅਤੇ ਵਧੀਆ ਸੀ ਅਤੇ ਠੀਕ ਹੈ ਜੀ ਰੈਸਟੋਰੈਂਟ ਵੀ ਅੱਛਾ ਹੁਣ ਥੋੜ੍ਹਾ ਫੋਟੋ ਸੈਸ਼ਨ ਕਰੀਏ ਅਤੇ ਆਪਾਂ ਚੱਲੀਏ ਹੁਣ ਘਰ ਅਤੇ ਨਹੀਂ ਘਰ ਨਹੀਂ ਆਪਾਂ ਇੱਥੋਂ ਜਾਵਾਂਗੇ ਆਪਣੇ ਚਾਚਾ ਇਹਦੇ ਘਰ ਫਿਰ ਉੱਥੋਂ ਘਰ ਜਾਵਾਂਗੇ ਪਹਿਲਾਂ ਥੋੜ੍ਹਾ ਫੋਟੋ ਸੈਸ਼ਨ ਹੋ ਜਾਏ ਚਲੋ ਜੀ ਆਪਾਂ ਹੋ ਗਿਆ ਡਨ ਹੁਣ ਆਪਾਂ ਜਾ ਰਹੇ ਆਪਣੇ ਚਾਚਾ ਦੇ ਘਰ ਸਾਰੇ ਆ ਗਏ ਬਾਹਰ ਹੁਣ ਬਸ ਬਾਹਰ ਸਾਰੇ ਸੀ ਆਫ ਕਰਕੇ ਬੈਠੇ ਕੱਢੀਆਂ ਅਤੇ ਚਲੀਏ ਜੀ ਆਪਾਂ ਚਾਚਾ ਦੇ ਘਰ ਅੱਧਾ ਘੰਟਾ ਉੱਥੇ ਕੱਢ ਗਏ ਕਿਉਂਕਿ ਵਿਆਹ ਉਹਨਾਂ ਵਿਆਹ ਸਟਾਰਟ ਹੈ 23 ਤਰੀਕ ਤੋਂ
चाचे मुंडे का कार्ड आए दिन कार्ड भी आप देखते हैं जे अगे देने वाले तो भी लैके आते हैं ठीक है चलो चलिए देखो जी पुतिया असं विह लें घर देखो हो गई तैयारियां सारिया पुत्र साढ़े चलिए रिया चंद्र फिर लैट्स गो देखो जी कितनी जल्दी है कार्ड आए मैं क्या फटाफट पहले कार्ड दे दिए ये भी क्या दिन है कार्ड वंडन एक टास्क है महाराज हूँ जा रहे हैं कार्ड वंडन मैं कल ही जा रहा बाकी हूँ सारे एन बारू मैं तुम करो आराम तो मैं फटाफट जो अपने सराउंडिंग जो घर हैं अपने अपना टब्बर जोड़ा है मैं उन्होंने मैं आप कार्ड दे आवा ठीक है जी चलिए ओके जी थैंक यू जी थैंक यू मामी जी तो मेरे मामा जी के बेटे जिन्होंने उन्होंने वाइफ का सारे बच्चों का जिन्होंने सानू अज लाइन से बुलाया सब का बहुत बहुत थैंक यू जी अज बहुत वधिया दिन सी अज बड़ा बहुत मज़ा आया सारे अपने कजन ब्रदर सारे कट्ठे सी अज मामा जी के बेटे ने बुलाया तो बहुत वधिया रहा सारे कट्ठे मिले हाँ क्योंकि मामा जी का बेटा मेरे एक तो विआह दोस्त भी है तो उस तो बाद असी एक तो 8 साल मिले स क्योंकि वह कम करता नई मर्चेंट तो मैं बाहर हूँ हम पता नहीं अगला मिलाप सा कदू होएगा तो ठीक है वधिया रहा मिले सारी फैमिली सारे बच्चे इकट्ठे होए बहुत मज़ा आया उस बाद चाचा जी घर गए कार्ड लेन हूँ विआह का फंक्शन स्टार्ट है वो तुम्हें मैं रोज़ दसागा एवरीडे 23rd न स्टार्ट है 23rd टू लैके 29 तक आप उन्होंने घर रहेंगे तो तुम मेरे ना रहोगे तो मैं उन्होंने घर रहा तुम्हें हर चीज़ दसागे आप किया इंजॉय किया तो थैंक यू सारे का जिन्होंने मैं सपोर्ट किया अराउंड 1100 मेरे सबसक्राइबर होने वाले जाने तो पहले पहले 7 फरवरी मैं जाना है कैनेडा वापस कोशिश है थोड़ी मेरे नाल ही 1500 सबसक्राइबर मैं हो जाने तो पहले पहले ठीक है तो हम वधिया जी थैंक यू सारे का मेरा चैनल लाइक तो सबसक्राइब करना से मेरा चैनल जय गीत ब्लॉग्स इस तरह मेरा चैनल लाइक करो शेयर करो तो एज मच एज सबसक्राइब करो क्योंकि थोड़ी मेरे नाल ही सब कुछ होना है थैंक यू सारे का स्टे ट्यून फॉर माई नैक्सट ब्लॉग एज वैल बाय जी